ਬੰਬ ਬੰਬ ਬੋਲੇ ਦੇ ਜੈਕਾਰਿਆਂ ਦੇ ਨਾਲ ਅਮਰਨਾਥ ਯਾਤਰਾ ਸਫਲਤਾ ਪੂਰਵਕ ਚੱਲ ਰਹੀ ਹੈ। 29 ਜੂਨ ਤੋਂ ਸ਼ੁਰੂ ਹੋਈ ਇਹ ਯਾਤਰਾ 19 ਅਗਸਤ ਤੱਕ ਚੱਲਣੀ ਹੈ। ਲਗਭਗ 2 ਮਹੀਨਿਆਂ ਦੀ ਇਹ ਯਾਤਰਾ ਮਹਾਦੇਵ ਦੇ ਭਗਤਾਂ ਦੇ ਲਈ ਬਹੁਤ ਖਾਸ ਮੰਨੀ ਜਾਂਦੀ ਹੈ। ਇਹ ਯਾਤਰਾ ਸ਼੍ਰੀਨਗਰ ਤੋਂ 15 ਕਿਲੋਮੀਟਰ ਦੂਰ ਲਗਭਗ 13,000 ਫੁੱਟ ਦੀ ਉਚਾਈ ਤੇ ਸਥਿਤ ਅਮਰਨਾਥ ਦੀ ਗੁਫਾ ਚ ਪੂਰੀ ਹੁੰਦੀ ਹੈ। ਹਰ ਸਾਲ ਲੱਖਾਂ ਸ਼ਿਵ ਭਗਤ ਇਸ ਯਾਤਰਾ ਤੇ ਜਾਂਦੇ ਨੇ। ਕਿੰਨਾ ਉਤਸ਼ਾਹ ਸ਼ਰਧਾਲੂਆਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ, ਕੁਝ ਤਸਵੀਰਾਂ ਸਾਡੇ ਕੋਲ ਸਾਹਮਣੇ ਆਈਆਂ ਨੇ, ਤੁਹਾਨੂੰ ਵੀ ਦਿਖਾਉਂਦੇ ਹਾਂ ਤੇ ਦਰਸ਼ਨ ਕਰਵਾਉਂਦੇ ਹਾਂ ਅਮਰਨਾਥ ਯਾਤਰਾ ਦੇ ਘਰ ਬੈਠਿਆਂ।